ਕਰਕੇ ਉਹ ਮੁੰਡੇ ਖਿੱਚੀ ਜਾਣੇ ਸੂਟਾਂ ਸ਼ੀਸ਼ੇ ਬੰਦ ਕਰਕੇ ਬੰਦ ਕਰਕੇ ਉਹ ਸ਼ੀਸ਼ੇ ਬੰਦ ਕਰਕੇ ਤੀਰਾ ਪਿੱਛੋਂ ਮੇਲਾ ਯਾਰਾ ਆਪਣਾ ਕਹਿੰਦੇ ਆਈ ਹੋਪ ਸਾਰੇ ਠੀਕ ਠਾਕ ਹੋਵੇ ਅਤੇ ਸਾਡੇ ਬਟਾਲੇ ਦੀ ਸਭ ਤੋਂ ਫੇਮਸ ਦੁਕਾਨ ਆਰ ਐੱਫ ਸੀ ਜਿੱਥੇ ਕਿ ਇਡਲੀ ਡੋਸਾ ਵੜਾ ਸਭ ਕੁਝ ਮਿਲਦਾ ਅਤੇ ਤੁਹਾਨੂੰ ਅੱਜ ਦਿਖਾਉਂਦੇ ਹਾਂ ਦੁਕਾਨ 'ਤੇ ਲੈ ਕੇ ਜਾਂਦੇ ਹਾਂ ਆਪਾਂ ਇੱਕ ਇਹਨਾਂ ਦੀ ਰੇਹੜੀ ਉੱਧਰ ਆ ਸਾਈਡ 'ਤੇ ਆਰ ਆਰ ਬਾਬਾ ਕਾਲਜ ਦੇ ਸਾਹਮਣੇ ਇੱਕ ਇੱਥੇ ਆ ਇੱਕ ਅੱਗੇ ਆ ਸਾਨੂੰ ਉੱਥੇ ਵੀ ਲੈ ਕੇ ਜਾਂਦੇ ਹਾਂ ਬਹੁਤ ਵਧੀਆ ਅਤੇ ਆਪਾਂ ਅੱਜ ਕਰਾਵਾਂਗੇ ਇੱਥੇ ਦਾ ਸਾਂਬਰ ਸਾਂਬਰ ਵੜਾ ਠੀਕ ਆ ਜੀ ਅਤੇ ਤੁਹਾਨੂੰ ਮਿਲਾਉਂਦੇ ਹਾਂ ਭਾਅ ਜੀ ਨਾਲ ਗੱਲ ਕਰਦੇ ਹਾਂ ਇੱਥੋਂ ਦੇ ਭਾਅ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਸ ਵਧੀਆ ਅਤੇ ਭਾਅ ਜੀ ਆਪਣੀ ਥੋੜ੍ਹਾ ਜਿਹਾ ਇੱਥੋਂ ਦਾ ਦੱਸਿਓ ਦੁਕਾਨ ਬਾਰੇ ਆਪਣੀ ਦੁਕਾਨ ਮਾਰੇ ਆਰ ਐੱਫ ਸੀ ਹੈਗੀ ਹੈ ਆਪਣਾ ਡੋਸਾ ਬੜਾ ਮਸ਼ਹੂਰ ਹੈਗਾ ਇੱਥੋਂ ਦਾ ਬਟਾਲੇ ਦਾ ਇੱਕ ਵਾਰੀ ਖਾ ਕੇ ਜ਼ਰੂਰ ਚੈੱਕ ਕਰਿਓ ਅਤੇ ਬਟਾਲਾ ਹੋਰ ਕੀ ਤੁਹਾਡੇ ਤੋਂ ਮਸ਼ਹੂਰ ਆ ਆਪਣੇ ਕੋਲ ਡੋਸਾ ਹੈਗਾ ਇਸ ਟਾਈਮ ਮਸ਼ਹੂਰ ਜ਼ਿਆਦਾ ਜਾਂ ਮਨਚੂਰੀਅਨ ਹੋ ਗਿਆ ਅਤੇ ਜਾਂ ਪਾਓ ਭਾਜੀ ਹੈਗੀ ਹੈ ਪਾਓ ਭਾਜੀ ਅਤੇ ਅੱਜ ਆਪਾਂ ਇਹਨਾਂ ਕੋਲ ਲਵਾਂਗੇ ਵੜਾ ਪਾਓ ਵੜਾ ਪਾਓ ਕਹਿ ਰਹੇ ਹਾਂ ਕੀ ਹੈ ਤੁਹਾਡਾ ਵੜਾ ਸਾਂਬਰ ਵੜਾ ਸਾਂਬਰ ਵੜਾ ਲਵਾਂਗੇ ਇੱਥੋਂ ਦਾ ਅਤੇ ਡੋਸਾ ਖਾ ਕੇ ਦੇਖਿਆ ਜੀ ਬਹੁਤ ਟੇਸਟੀ ਇਹਨਾਂ ਦਾ ਅਤੇ ਇਹਨਾਂ ਦੀ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਮੈਂ ਕਾਫੀ ਮਤਲਬ ਕਿ ਤਾਂ ਦਾ ਗਈ ਆ ਕਾਫੀ ਵਿਊ ਆਇਆ ਸੀ ਅਤੇ ਅੱਜ ਇਹ ਵੀ ਪਾਉਂਦੇ ਆਪਾਂ ਦੇਖਦੇ ਕੀ ਵਾ ਅਤੇ ਬਾਕੀ ਵੀਰ ਜੀ ਦੱਸ ਹੋਰ ਕੋਈ ਗੱਲਬਾਤ ਤੁਹਾਡੀ ਹੋਰ ਬਸ ਇਹੀ ਹੈ ਨਿਕਲਣ ਦੇ ਅਤੇ ਕੀ ਪ੍ਰਾਈਜ਼ ਆ ਡੋਸੇ ਦਾ ਡੋਸੇ ਦਾ ਸਿੰਪਲ ਪ੍ਰਾਈਜ਼ ਹੈਗਾ ਮਸਾਲੇ ਵਾਲਾ ਪਨੀਰ ਪਨੂਰ ਪਾ ਕੇ 70 ਰੁਪਏ 70 ਰੁਪਏ ਹਾਂਜੀ ਅਤੇ ਬੜਾ ਬੜਾ 80 ਰੁਪਏ 80 ਰੁਪਏ ਅਤੇ ਜਿਹੜਾ ਤੁਸੀਂ ਮਨਚੂਰੀਅਨ ਕਹਿ ਰਹੇ ਮਨਚੂਰੀਅਨ ਦੀ 100 ਰੁਪਏ ਦੀ ਪਲੇਟ ਚਲੋ ਠੀਕ ਆ ਜੀ ਅਤੇ ਬਾਕੀ ਤੁਹਾਨੂੰ ਆ ਕੇ ਦੇਖਿਓ ਤੁਸੀਂ ਆਪੀ ਕਹੋਗੇ ਠੀਕ ਹੈ ਜੀ ਠੀਕ ਆ ਅਤੇ ਆਪਾਂ ਮਾੜਾ ਜਿਹਾ ਦਿਖਾਉਂਦੇ ਤੁਹਾਨੂੰ ਸਾਂਬਰ ਚੈੱਕ ਕਰੋ ਜੀ ਕਿੰਨਾ ਦਿੱਤਾ ਵੇਖੋ 3 ਪੈਕਟ ਸਾਂਬਰ ਦਿੱਤੇ ਆ ਇਹ ਸਾਡੀ ਆ ਗਈ ਆ ਜੀ ਕੋਕੋਨਟ ਇੱਧਰ ਆ ਗਏ ਸਾਂਬਰ